22 ਫਰਵਰੀ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ। ਕੱਲ 21 ਫਰਵਰੀ ਨੂੰ ਜੋ ਕੁਝ ਖਨੌਰੀ ਬੈਰੀਅਰ ਤੇ ਸ਼ੰਭੂ ਬੈਰੀਅਰ ਤੇ ਹੋਇਆ ਤਸਵੀਰਾਂ ਸਭ ਨੇ ਦੇਖੀਆਂ। ਅੱਜ ਕੀ ਹਾਲਾਤ ਨੇ ਸ਼ੰਭੂ ਬੈਰੀਅਰ ਦੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਪਿੱਛੇ ਤੁਹਾਨੂੰ ਅਜੀਬ ਕਿਸਮ ਦੀ ਸ਼ਾਂਤੀ ਨਜ਼ਰ ਆਏਗੀ, ਐਸੀ ਸ਼ਾਂਤੀ ਜਿਸ ਨੂੰ ਸਹਿਜੇ ਨਹੀਂ ਲਿਆ ਜਾ ਸਕਦਾ। ਪਿੱਛੇ ਤੁਸੀਂ ਦੇਖ ਰਹੇ ਹੋ ਉਹੀ ਬੈਰੀਕੇਡ ਜਿਸ ਦੀਆਂ ਤਸਵੀਰਾਂ ਲਗਾਤਾਰ ਪਿਛਲੇ 10-12 ਦਿਨਾਂ ਤੋਂ ਅਸੀਂ ਤੁਹਾਨੂੰ ਦਿਖਾਉਂਦੇ ਆ ਰਹੇ ਹਾਂ। ਉਸੇ ਤਰ੍ਹਾਂ ਕੰਡਿਆਲੀ ਤਾਰ, ਉਸੇ ਤਰ੍ਹਾਂ ਦੇ ਬੈਰੀਕੇਡ ਤੇ ਉਸੇ ਤਰ੍ਹਾਂ ਹਰਿਆਣਾ ਵਾਲੇ ਪਾਸੇ ਪੈਰਾਮਿਲਟਰੀ ਫੋਰਸ ਤੇ ਹਰਿਆਣਾ ਪੁਲਿਸ ਦੇ ਜਵਾਨਾਂ ਦੀ ਤੈਨਾਤੀ, ਨਾਲ ਖੜੀਆਂ ਵੱਡੀਆਂ ਵੱਡੀਆਂ ਮਸ਼ੀਨਾਂ। ਦੂਜਾ ਪਾਸਾ, ਕਿਉਂਕਿ ਇਹ ਘੱਗਰ ਦਾ ਪੁਲ ਹੈ, ਇੱਕ ਪਾਸਾ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਤੋਂ ਹਰਿਆਣੇ ਜਾਣ ਵਾਲਾ ਤੇ ਜਿਸ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਦੇਖੀਆਂ ਉਹ ਹਰਿਆਣੇ ਤੋਂ ਪੰਜਾਬ ਆਉਣ ਵਾਲਾ। ਤਾਂ ਅੱਜ ਇੱਥੇ ਸ਼ਾਂਤੀ ਹੈ, ਹਾਲਾਂਕਿ ਕੱਲ ਜਿਸ ਜਗ੍ਹਾ ਤੇ ਅਸੀਂ ਇਸ ਵੇਲੇ ਹੁਣ ਮੌਜੂਦ ਹਾਂ, ਇਸੇ ਸਮੇਂ ਤੇ ਇਸੇ ਜਗ੍ਹਾ ਜਦੋਂ ਕੋਈ ਇੱਕ ਪੈਰ ਵੀ ਪੈਂਦਾ ਸੀ ਤਾਂ ਨਾਲ ਦੀ ਨਾਲ ਧਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲਦੀ ਸੀ। ਧਮਾਕੇ ਅਥਰੂ ਗੈਸ ਦੇ ਗੋਲੇ ਇੱਕ ਤੋਂ ਬਾਅਦ ਇੱਕ ਫਟ ਰਹੇ ਸੀ। ਇਹ ਉਹੀ ਥਾਂ ਹੈ ਜਿੱਥੇ ਕੱਲ੍ਹ ਭਗਦੜ ਮੱਚੀ ਹੋਈ ਸੀ, ਜਿੱਥੇ ਕੱਲ੍ਹ ਤਣਾਅ ਬਣਿਆ ਹੋਇਆ ਸੀ, ਪਰ ਹੁਣ ਫਿਰ ਤੋਂ ਇੱਥੇ ਸ਼ਾਂਤੀ ਪਸਰੀ ਹੈ। ਇਹ ਪਾਸਾ ਪੰਜਾਬ ਵਾਲਾ ਪਾਸਾ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕੰਟਰੋਲ ਦੇ ਵਿੱਚ ਕੀਤਾ ਗਿਆ ਸੀ, ਕਿਸਾਨ ਜਥੇਬੰਦੀਆਂ ਦੇ ਵੱਲੋਂ ਜ਼ਿੰਮੇਵਾਰੀਆਂ ਲਾਈਆਂ ਗਈਆਂ ਸੀ, ਕਮੇਟੀ ਬਣਾਈ ਗਈ ਸੀ ਤਾਂ ਕਿ ਨੌਜਵਾਨ ਅੱਗੇ ਨਾ ਜਾਣ, ਕਿਉਂਕਿ ਜਿਵੇਂ ਜਿਵੇਂ ਨੌਜਵਾਨ ਅੱਗੇ ਜਾਂਦੇ ਸੀ ਨੁਕਸਾਨ ਹੁੰਦਾ ਸੀ। ਤਾਂ ਇੱਥੇ ਉਸੇ ਤਰ੍ਹਾਂ ਇੱਕ ਲਾਈਨ ਬਣਾਈ ਗਈ ਹੈ, ਬਾਉਂਡਰੀ ਬਣਾਈ ਗਈ ਹੈ ਤਾਂ ਕਿ ਇਹਨਾਂ ਨੌਜਵਾਨਾਂ ਨੂੰ ਇੱਥੇ ਹੀ ਰੋਕਿਆ ਜਾ ਸਕੇ, ਕਿਉਂਕਿ ਜਦੋਂ ਇੱਕ ਵੀ ਨੌਜਵਾਨ ਜਾਂ ਕੋਈ ਵੀ ਸ਼ਖਸ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਸੀ ਤਾਂ ਅੱਗੇ ਅਥਰੂ ਗੈਸ ਦੇ ਗੋਲੇ ਚੱਲਣੇ ਸ਼ੁਰੂ ਹੋ ਜਾਂਦੇ ਸੀ। ਤਾਂ ਇੱਥੇ ਰੋਕਿਆ ਜਾ ਰਿਹਾ ਨੌਜਵਾਨਾਂ ਨੂੰ, ਕਿਸਾਨਾਂ ਨੂੰ। ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਇਸ ਵੇਲੇ ਇੱਥੇ ਸ਼ਾਂਤੀ ਬਣਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਹੱਥਾਂ ਦੇ ਵਿੱਚ ਕਿਸਾਨੀ ਝੰਡੇ ਲਈ ਉਹੀ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ, ਇਹ ਤਸਵੀਰਾਂ ਨੇ। ਕੱਲ੍ਹ ਇੱਥੋਂ ਦੀਆਂ ਤਸਵੀਰਾਂ ਡਰਾ ਰਹੀਆਂ ਸੀ, ਕੱਲ੍ਹ ਇੱਥੋਂ ਦੀਆਂ ਤਸਵੀਰਾਂ ਚੌਂਕਾ ਰਹੀਆਂ ਸੀ ਜੋ ਕੁਝ ਇੱਥੇ ਵਾਪਰ ਰਿਹਾ ਸੀ, ਜਿਵੇਂ ਧਮਾਕਿਆਂ ਦੀ ਆਵਾਜ਼, ਜਿਵੇਂ ਇੱਥੇ ਭਗਦੜ ਮੱਚੀ ਹੋਈ ਸੀ, ਉਹ ਤਸਵੀਰਾਂ ਭੁਲਾਈਆਂ ਨਹੀਂ ਜਾ ਸਕਦੀਆਂ। ਤਾਂ ਇਹ ਜੋ ਕੁਝ 21 ਫਰਵਰੀ ਦੇ ਲਈ ਇੱਥੇ ਤਿਆਰੀਆਂ ਕੀਤੀਆਂ ਗਈਆਂ ਸੀ ਉਸੇ ਦੀਆਂ ਤਸਵੀਰਾਂ, ਉਹੀ ਮਿੱਟੀ ਦੇ ਗੱਟੇ। ਹਾਲਾਂਕਿ ਅੱਜ ਬਹੁਤ ਕੱਲ੍ਹ ਦੇ ਮੁਕਾਬਲੇ ਮਾਹੌਲ ਸ਼ਾਂਤ ਹੈ, ਅੱਜ ਸਵੇਰ ਤੋਂ ਸ਼ਾਂਤੀ ਬਣੀ ਹੋਈ ਹੈ। ਨਾ ਤਾਂ ਕਿਸੇ ਨੇ ਅੱਗੇ ਜਾਣ ਦੀ ਅੱਜ ਕੋਈ ਕੋਸ਼ਿਸ਼ ਕੀਤੀ ਤੇ ਨਾ ਹੀ ਕੋਈ ਅਥਰੂ ਗੈਸ ਦਾ ਗੋਲਾ ਚੱਲਿਆ। ਤਾਂ ਸ਼ਾਂਤੀ ਹੈ, ਹੱਥਾਂ ਦੇ ਵਿੱਚ ਕਿਸਾਨੀ ਝੰਡੇ ਨੇ, ਪਿੱਛੇ ਸਟੇਜ ਲਾਇਆ ਗਿਆ ਜਿੱਥੋਂ ਕਿਸਾਨਾਂ ਦੇ ਨਾਮ ਸੁਨੇਹਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਿ ਅੱਗੇ ਕਿਵੇਂ ਇਸ ਮੋਰਚੇ ਨੂੰ ਬਚਾ ਕੇ ਰੱਖਣਾ, ਕਿਵੇਂ ਇਸ ਮੋਰਚੇ ਦੇ ਲੋਕਾਂ 'ਚ ਉਤਸ਼ਾਹ ਭਰਨਾ। ਹੱਥਾਂ ਦੇ ਵਿੱਚ ਝੰਡੇ ਲਈ ਫਿਰਦੇ ਇਹ ਕਿਸਾਨ ਮਜ਼ਦੂਰ ਬੇਹੱਦ ਸਹਿਜ ਸੁਭਾਅ ਆਪਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇੱਕ ਤਸਵੀਰ ਹੋਰ, ਇਹ ਉਹੀ ਪੱਖੇ ਵਾਲਾ ਕਾਲਾ ਟਰੈਕਟਰ ਬਲੈਕ ਮਾਂਬਾ ਜੋ ਪਿਛਲੇ ਦਿਨਾਂ ਦੇ ਵਿੱਚ ਖੂਬ ਸੁਰਖੀਆਂ 'ਚ ਰਿਹਾ ਔਰ ਖੂਬ ਚਰਚਾ ਦੇ ਵਿੱਚ ਆਇਆ, ਇਸ ਦੇ ਪਿੱਛੇ ਲੱਗਾ ਇਹ ਪੱਖਾ ਅਥਰੂ ਗੈਸ ਦੇ ਗੋਲਿਆਂ ਨੂੰ ਨਕਾਮ ਕਰਦਾ ਰਿਹਾ। ਅੱਜ ਇਸ ਦੇ ਪੱਖੇ ਬੰਦ ਨੇ, ਅੱਜ ਬਲੈਕ ਮਾਂਬਾ ਸ਼ਾਂਤ ਹੈ, ਕਿਉਂਕਿ ਅੱਜ ਬਾਰਡਰ ਤੇ ਸ਼ਾਂਤੀ ਬਣੀ ਹੋਈ ਹੈ। ਕਿਉਂਕਿ ਜਦੋਂ ਬਲੈਕ ਮਾਂਬਾ ਸਟਾਰਟ ਹੁੰਦਾ ਤਾਂ ਉਹਦਾ ਭਾਵ ਸਿੱਧਾ ਇਹ ਹੁੰਦਾ ਕਿ ਬਾਰਡਰ ਤੇ ਹਾਲਾਤ ਖਰਾਬ ਹੋ ਰਹੇ ਨੇ, ਯਾਨੀ ਅਥਰੂ ਗੈਸ ਚੱਲਣੀ ਸ਼ੁਰੂ ਹੋ ਗਈ ਹੈ। ਜਿੱਦਾਂ ਹੀ ਉੱਧਰ ਅਥਰੂ ਗੈਸ
ਚੱਲਣੀ ਸ਼ੁਰੂ ਹੁੰਦੀ ਹੈ ਤਾਂ ਬਲੈਕ ਮਾਂਬਾ ਹਰਕਤ ਦੇ ਵਿੱਚ ਆਉਂਦਾ, ਇਸ ਨੂੰ ਸਟਾਰਟ ਕੀਤਾ ਜਾਂਦਾ ਤੇ ਇਸ ਦੇ ਪਿੱਛੇ ਲੱਗਾ ਪੱਖਾ ਇੱਕ ਵਾਰ ਫਿਰ ਤੋਂ ਇੱਥੇ ਖੜੇ ਲੋਕਾਂ ਨੂੰ ਬਚਾਉਣ ਦੇ ਲਈ, ਉਹਨਾਂ ਨੂੰ ਧੂੰਏ ਤੋਂ ਬਚਾਉਣ ਦੇ ਲਈ ਇਸ ਦੇ ਪੱਖੇ ਇੰਨੀ ਤੇਜ਼ ਹਵਾ ਛੱਡਦੇ ਨੇ ਕਿ ਧੂੰਆਂ ਦੂਰ ਧੱਕੇ ਲਿਆ ਜਾਂਦਾ, ਦੂਰ ਧੱਕਿਆ ਜਾਂਦਾ ਤਾਂ ਪਿੱਛੇ। ਉਸੇ ਤਰ੍ਹਾਂ ਸਟੇਜ ਲੱਗਿਆ ਔਰ ਸਟੇਜ ਦੇ ਉੱਤੋਂ ਕਿਸਾਨਾਂ ਦੇ ਨਾਮ ਸੁਨੇਹਾ, ਕਿਸਾਨਾਂ ਨੂੰ ਜੋ ਕੁਝ ਚੱਲ ਰਿਹਾ, ਜੋ ਕੁਝ ਕਿਸਾਨ ਆਗੂਆਂ ਦੇ ਵਿੱਚ ਚਰਚਾ ਹੋ ਰਹੀ ਹੈ ਉਸਦਾ ਸੁਨੇਹਾ ਦਿੱਤਾ ਜਾ ਰਿਹਾ। ਔਰ ਇਹ ਵੱਖ ਵੱਖ ਬੁਲਾਰੇ ਜਿਹੜੇ ਨੇ ਆ ਕੇ ਇੱਥੇ ਪੂਰੇ ਹਾਲਾਤ ਦੀ ਜਾਣਕਾਰੀ ਦਿੰਦੇ ਹੋਏ, ਔਰ ਅੱਗੇ ਕੀ ਹਾਲਾਤ ਨੇ ਤੁਹਾਨੂੰ ਵੀ ਦਿਖਾ ਦਿੰਦੇ ਹਾਂ। ਦੇਖੋ ਉਸੇ ਤਰ੍ਹਾਂ ਟਰਾਲੀਆਂ ਖੜੀਆਂ ਨੇ, ਲੰਗਰ ਚੱਲ ਰਹੇ ਨੇ, ਕਿਉਂਕਿ ਇੰਨੇ ਵੱਡੇ ਮੋਰਚਿਆਂ ਦੇ ਵਿੱਚ ਜਦੋਂ ਵੱਡੀ ਗਿਣਤੀ ਦੇ ਵਿੱਚ ਸੰਘਰਸ਼ੀ ਆਉਂਦੇ ਨੇ ਤਾਂ ਉਹਨਾਂ ਦੇ ਲਈ ਲੰਗਰਾਂ ਦਾ ਪ੍ਰਬੰਧ ਵੀ ਬੇਹੱਦ ਜ਼ਰੂਰੀ ਹੈ। ਤਾਂ ਆਹ ਇੱਕ ਟਰਾਲੀ ਇੱਥੇ ਲੰਗਰ ਲਾਇਆ ਹੋਇਆ, ਦੂਜੇ ਪਾਸੇ ਉੱਧਰ ਇੱਕ ਕਾਰ ਸੇਵਾ ਵਾਲੇ ਬਾਬਿਆਂ ਦੇ ਵੱਲੋਂ ਲੰਗਰ ਲਾਇਆ ਗਿਆ। ਇਸੇ ਤਰ੍ਹਾਂ ਅਨੇਕਾਂ ਟਰਾਲੀਆਂ ਦੇ ਵਿੱਚ ਜਿਹੜਾ ਪ੍ਰਸ਼ਾਦਾ ਛਕਾਉਣ ਦੇ ਲਈ ਲੰਗਰ ਜਿਹੜੇ ਲਾਏ ਗਏ ਨੇ। ਔਰ ਦੂਜੇ ਪਾਸੇ ਇੱਕ ਤਸਵੀਰ ਇਹ ਸਪੀਕਰਾਂ ਨਾਲ ਭਰਿਆ ਹੋਇਆ, ਇਹ ਇੱਕ ਗੱਡੀ ਜਿਹੜੀ ਹੈ ਸਪੀਕਰਾਂ ਨਾਲ ਲੱਦੀ ਹੋਈ ਹੈ, ਕਿਉਂਕਿ ਇਹ ਵੱਡੀ ਗਿਣਤੀ ਦੇ ਸਪੀਕਰ ਜਿਹੜੇ ਨੇ ਇਹ ਤਾਂ ਲਿਆਂਦੇ ਗਏ ਸੀ ਕਿ ਜਦੋਂ ਦਿੱਲੀ ਵੱਲ ਜਾਣਾ ਤਾਂ ਉੱਥੇ ਇੰਨੇ ਸਪੀਕਰਾਂ ਦੀ ਲੋੜ ਪੈਣੀ ਹੈ। ਪਰ ਫਿਲਹਾਲ ਇਸੇ ਗੱਡੀ ਤੇ ਲੱਦੇ ਸਪੀਕਰਾਂ ਦੇ ਨਾਲ ਸੁਨੇਹਾ ਦੇਣ ਦੀ ਕੋਸ਼ਿਸ਼, ਉਹ ਸਾਹਮਣੇ ਇੱਕ ਵੱਡੀ ਮਸ਼ੀਨ ਤੁਹਾਨੂੰ ਨਜ਼ਰ ਆ ਰਹੀ ਹੈ। ਇਹ ਉਹੀ ਮਸ਼ੀਨ ਜਿਹੜੀ ਖੂਬ ਚਰਚਾ ਦੇ ਵਿੱਚ ਆਈ ਪਿਛਲੇ ਦੋ ਦਿਨਾਂ ਦੇ ਦੌਰਾਨ, ਜਿਸ ਦੇ ਨਾਲ ਬੈਰੀਕੇਡ ਤੋੜਨ ਦੀ ਗੱਲ ਕੀਤੀ ਜਾ ਰਹੀ ਸੀ। ਤਾਂ ਇੱਕ ਹੋਰ ਤਸਵੀਰ ਇੱਧਰ ਲਾਈਵ ਟੈਲੀਕਾਸਟ ਵਾਲੀਆਂ ਤੁਹਾਨੂੰ ਚੈਨਲਾਂ ਦੀਆਂ ਗੱਡੀਆਂ ਨਜ਼ਰ ਆਉਣਗੀਆਂ, ਵੱਖ ਵੱਖ ਅਦਾਰਿਆਂ ਦੀਆਂ ਗੱਡੀਆਂ ਜਿਹੜੀਆਂ ਪ੍ਰਸਾਰਣ ਤਾਂ ਕਿ ਦੁਨੀਆ ਭਰ ਦੇ ਵਿੱਚ ਕੀਤਾ ਜਾ ਸਕੇ। ਤਾਂ ਇੱਧਰ ਦੇਖੋ ਅੱਗੇ ਵੀ ਲੰਗਰ ਚੱਲ ਰਹੇ, ਟਰੈਕਟਰਾਂ ਤੇ ਲੱਗੇ ਖਾਲਸਾਈ ਝੰਡੇ, ਕਿਸਾਨੀ ਝੰਡੇ, ਹੱਥਾਂ ਦੇ ਵਿੱਚ ਕਿਸਾਨ ਮਜ਼ਦੂਰਾਂ ਦੇ ਫੜੇ ਹੋਏ ਝੰਡੇ। ਤਾਂ ਇਹ ਤਸਵੀਰ ਹੈ ਜੀ, ਕੱਲ੍ਹ ਦੇ ਮੁਕਾਬਲੇ ਅੱਜ ਬਹੁਤ ਕੁਝ ਬਦਲਿਆ, ਤਾਂ ਉਸਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਤੋਂ ਸਹਿਜੇ ਹੀ ਲਗਾ ਸਕਦੇ ਹੋ ਕਿ ਅੱਜ ਕਿੰਨਾ ਕੁਝ ਬਦਲਿਆ। ਕੱਲ੍ਹ ਦੇ ਮੁਕਾਬਲੇ ਅੱਜ ਸ਼ਾਂਤੀ ਹੈ, ਕੱਲ੍ਹ ਇਸ ਵੇਲੇ ਬੇਹੱਦ ਤਣਾਅ ਸੀ, ਕੱਲ੍ਹ ਤਣਾਅ ਭਰਿਆ ਮਾਹੌਲ ਸੀ, ਪਰ ਅੱਜ ਸ਼ਾਂਤੀ ਹੈ। ਉਸੇ ਤਰ੍ਹਾਂ ਮੋਰਚੇ ਦੇ ਵਿੱਚ ਤੁਹਾਨੂੰ ਸ਼ਾਂਤ ਸਹਿਜ ਫਿਰਦੇ, ਹੱਥਾਂ ਦੇ ਵਿੱਚ ਝੰਡੇ ਫੜੀ ਕਿਸਾਨ ਮਜ਼ਦੂਰ ਨਜ਼ਰ ਆਉਣਗੇ। ਔਰ ਪਿੱਛੇ ਤੁਹਾਨੂੰ ਦੂਰ ਤੱਕ ਇੱਕ ਤਸਵੀਰ ਦਿਖਾ ਦਈਏ ਕਿ ਕਿਵੇਂ ਟਰੈਕਟਰ ਟਰਾਲੀਆਂ ਉਸੇ ਤਰ੍ਹਾਂ ਖੜ੍ਹੇ ਹੋਏ ਤੁਹਾਨੂੰ ਨਜ਼ਰ ਆਉਣਗੇ, ਕਿਉਂਕਿ ਸਾਫ਼ ਕਰ ਦਿੱਤਾ ਗਿਆ ਹੈ ਕਿ ਦੋ ਦਿਨ ਮੀਟਿੰਗਾਂ ਦਾ ਦੌਰ ਚੱਲੇਗਾ, ਅੱਜ ਅਤੇ ਕੱਲ੍ਹ, ਕੱਲ੍ਹ ਸ਼ਾਮ ਤੱਕ ਅੱਗੇ ਦਾ ਫੈਸਲਾ ਹੋਣਾ ਕਿ ਆਖਿਰ ਅੱਗੇ ਕਰਨਾ ਕੀ ਹੈ, ਅੱਗੇ ਕਿਸ ਤਰ੍ਹਾਂ ਦੀ ਰਣਨੀਤੀ ਦੇ ਤਹਿਤ ਸੰਘਰਸ਼ ਚਲਾਇਆ ਜਾਣਾ। ਕਿਉਂਕਿ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਸੰਘਰਸ਼ ਜਾਰੀ ਰਹੇਗਾ, ਸੰਘਰਸ਼ ਜਿੰਨੀ ਦੇਰ ਤੱਕ ਜਿੱਤ ਨਹੀਂ ਹੁੰਦੀ ਜਾਰੀ ਰਹੇਗਾ। ਇੱਕ ਹੋਰ ਤਸਵੀਰ ਦਿਖਾਉਣੀ ਤੁਹਾਨੂੰ, ਆਹ ਵੀਰ ਦੇ ਤੁਸੀਂ ਹੱਥ ਦੇ ਵਿੱਚ ਇੱਕ ਸੋਟੀ ਦੇਖ ਰਹੇ ਹੋ, ਇਹਦੇ 'ਤੇ ਇਹ ਬੰਨਿਆਂ ਦੇਖੋ, ਇਹ ਉਹੀ ਅਥਰੂ ਗੈਸ ਦੇ ਗੋਲਿਆਂ ਦੇ ਸ਼ੈਲ ਨੇ ਜਿਹੜੇ ਲਗਾਤਾਰ ਚੱਲਦੇ ਰਹੇ। ਔਰ ਇਹਨਾਂ ਨੂੰ ਦੇਖੋ, ਇੱਕ ਇਹ ਸੋਟੀ 'ਤੇ ਬੰਨਿਆ ਕਾ ਵੀਰ ਨੇ ਕਿ ਆਹ ਕੁਝ ਇੱਥੇ ਹੁੰਦਾ ਰਿਹਾ, ਆਹ ਕੁਝ ਇੱਥੇ ਚੱਲਦਾ ਰਿਹਾ। ਤਾਂ ਇਹ ਉਹ ਕਿਤੇ ਕਿਤੇ ਨਿਸ਼ਾਨੀਆਂ ਜਾਂ ਉਹ ਐਸੇ ਧੱਬੇ ਨੇ ਜਿਹੜੇ ਜਿਨ੍ਹਾਂ ਦੇ ਦਾਗ ਛੇਤੀ
ਮਿਟਦੇ ਨਹੀਂ। ਪਿੱਛੇ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਇੱਕ ਵਾਰੀ ਫਿਰ ਤੋਂ ਕਿ ਕਿਵੇਂ ਟਰੈਕਟਰ ਟਰਾਲੀਆਂ ਤੁਹਾਨੂੰ ਨਜ਼ਰ ਆ ਰਹੇ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਗੁਰੂ ਕੇ ਲੰਗਰ ਥਾਂ ਥਾਂ 'ਤੇ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਦੋਂ ਸੰਗਤ ਆਉਂਦੀ ਹੈ ਤਾਂ ਉਸ ਸੰਗਤ ਦੇ ਲਈ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਵੀ ਬੇਹੱਦ ਲਾਜ਼ਮੀ ਹੋ ਜਾਂਦਾ। ਤਾਂ ਇੱਧਰ ਮੈਡੀਕਲ ਕੈਂਪ ਵੀ ਕਈ ਥਾਵਾਂ 'ਤੇ ਮੈਡੀਕਲ ਕੈਂਪ ਲਾਏ ਗਏ ਨੇ। ਇੱਕ ਮੈਡੀਕਲ ਕੈਂਪ ਤੁਸੀਂ ਇੱਧਰ ਦੇਖ ਰਹੇ ਹੋ, ਇੱਕ ਮੈਡੀਕਲ ਕੈਂਪ ਤੁਸੀਂ ਅੱਗੇ ਦੇਖ ਰਹੇ ਹੋ। ਇਸ ਤਰ੍ਹਾਂ ਦੇ ਮੈਡੀਕਲ ਕੈਂਪ ਤੁਹਾਨੂੰ ਅਨੇਕਾਂ ਜਿਹੜੇ ਆ ਉਹ ਨਜ਼ਰ ਆਉਣਗੇ। ਤਾਂ ਕਿ ਜੇ ਕੋਈ ਇਸ ਮੋਰਚੇ ਦੇ ਵਿੱਚ ਆਇਆ ਉਸ ਨੂੰ ਜੇ ਭੁੱਖ ਲੱਗੀ ਹੈ ਤਾਂ ਪ੍ਰਸ਼ਾਦਾ ਪਾਣੀ ਛਕ ਸਕੇ, ਜੇ ਉਹਨੂੰ ਕੋਈ ਤਕਲੀਫ ਹੈ ਤਾਂ ਉਸਨੂੰ ਦਵਾਈ ਦਿੱਤੀ ਜਾ ਸਕੇ, ਔਰ ਹਰ ਤਰ੍ਹਾਂ ਦਾ ਪ੍ਰਬੰਧ। ਕਿਉਂਕਿ ਦਿੱਲੀ ਮੋਰਚਾ ਜਦੋਂ ਸਾਲ ਤੋਂ ਵੱਧ ਸਮਾਂ ਲੱਗਿਆ ਤਾਂ ਉਸ ਵੇਲੇ ਅਸੀਂ ਦੇਖਿਆ ਕਿ ਹਰ ਤਰ੍ਹਾਂ ਦਾ ਪ੍ਰਬੰਧ ਉੱਥੇ ਕੀਤਾ ਗਿਆ ਸੀ। ਉਹੀ ਤਰ੍ਹਾਂ ਦੀਆਂ ਤਸਵੀਰਾਂ, ਉਸੇ ਤਰ੍ਹਾਂ ਦੀਆਂ ਤਸਵੀਰਾਂ ਹੁਣ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ ਕਿ ਉਸੇ ਤਰ੍ਹਾਂ, ਕਿਉਂਕਿ ਜਦੋਂ 10 ਦਿਨ ਹੋ ਜਾਣ ਤਾਂ 10 ਦਿਨਾਂ ਦੇ ਵਿੱਚ ਪ੍ਰਬੰਧ ਉਵੇਂ ਹੀ ਹੁਣੇ ਸ਼ੁਰੂ ਹੋ ਜਾਂਦੇ ਨੇ। ਜਿੱਦਾਂ ਹੀ ਸੁਨੇਹਾ ਪਹੁੰਚਦਾ ਤਾਂ ਉਦੋਂ ਹੀ ਸੰਗਤ ਆ ਜਿਹੜੀ ਜ਼ਰੂਰਤ ਮੁਤਾਬਕ ਚੀਜ਼ਾਂ ਲੈ ਕੇ ਇੱਥੇ ਪਹੁੰਚ ਜਾਂਦੀ ਹੈ। ਅਤੇ ਇੱਕ ਤੁਹਾਨੂੰ ਤਸਵੀਰ ਇੱਥੋਂ ਦਿਖਾ ਦਿੰਦੇ ਹਾਂ ਲੰਬੀ ਕਤਾਰ ਦੇ ਨਾਲ ਕਿ ਕਿਵੇਂ ਫਿਲਹਾਲ ਇਹ ਤਸਵੀਰ ਹੈ। ਇਹ ਜਿਹੜੀ ਟਰੈਕਟਰਾਂ ਟਰਾਲੀਆਂ ਦੀ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਕਈ ਕਿਲੋਮੀਟਰ ਲੰਬੀ ਇਸੇ ਤਰ੍ਹਾਂ ਇਹ ਟਰੈਕਟਰਾਂ ਟਰਾਲੀਆਂ ਦੀ ਜਿਹੜੀ ਲਾਈਨ ਹੈ, ਜਿਹੜੀ ਕਤਾਰ ਹੈ, ਇਹ ਤੁਹਾਨੂੰ ਨਜ਼ਰ ਆਏਗੀ। ਕਿਉਂਕਿ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੰਗ ਹਜੇ ਜਾਰੀ ਹੈ, ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਹੈ। ਹਾਂ, 2 ਦਿਨ ਦੇ ਲਈ ਰੋਕਿਆ ਗਿਆ ਅਗਲੀ ਰਣਨੀਤੀ ਬਣਾਏ ਜਾਣ ਤੱਕ ਕਿ ਅੱਗੇ ਕਰਨਾ ਕੀ ਹੈ। 2 ਦਿਨ ਵਿਚਾਰਾਂ ਹੋਣਗੀਆਂ, ਮੀਟਿੰਗਾਂ ਹੋਣਗੀਆਂ, ਉਹਨਾਂ ਮੀਟਿੰਗਾਂ ਤੋਂ ਬਾਅਦ ਅੱਗੇ ਦੀ ਰਣਨੀਤੀ ਜਿਹੜੀ ਹੈ ਉਹ ਬਣਾਈ ਜਾਵੇਗੀ ਕਿ ਅੱਗੇ ਸੰਘਰਸ਼ ਕਿਵੇਂ ਲੜਿਆ ਜਾਣਾ। ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਸ਼ੰਭੂ ਬੈਰੀਅਰ।